ਬਹੁਤ ਸਾਰੀ ਇੱਦਾਂ ਦੀ ਇੰਡਸਟਰੀ ਹੈ ਜਿਹੜੀ ਕਿ ਗਰਾਊਂਡ ਵਾਟਰ ਯੂਜ਼ ਕਰਦੀ ਹੈ ਅਤੇ ਉਹਨੂੰ ਪੋਲਿਊਟ ਵੀ ਕਰਦੀ ਹੈ। ਅਤੇ ਬੜੀ ਜਗ੍ਹਾ 'ਤੇ ਸੁਣਨ 'ਚ ਮਿਲਿਆ ਜਾਂ ਦੇਖਣ 'ਚ ਵੀ ਆਇਆ ਕਿ ਬਹੁਤ ਸਾਰੀ ਇੰਡਸਟਰੀ ਜਿਸ ਤਰ੍ਹਾਂ ਕਿ ਡਾਇੰਗ ਇੰਡਸਟਰੀ ਹੈ ਜਾਂ ਉਹ ਲੋਕ ਕੀ ਕਰਦੇ ਨੇ ਉਹ ਆਪਣਾ ਐਫਲੂਐਂਟਸ ਜਿਹੜੇ ਨੇ ਉਹ ਸਤਲੁਜ ਦਰਿਆ ਦੇ ਵਿੱਚ ਛੱਡਦੇ ਨੇ ਜਾਂ ਬੁੱਢੇ ਦਰਿਆ ਦੇ ਵਿੱਚ ਛੱਡਦੇ ਨੇ ਅਤੇ ਉਹਦੇ ਕਾਰਨ ਸਾਰਾ ਆਪਣਾ ਜੋ ਡਰਿੰਕਿੰਗ ਵਾਟਰ ਹੈ ਪੀਣ ਵਾਲਾ ਪਾਣੀ ਆਪਣਾ ਜ਼ਮੀਨ ਦੇ ਅੰਦਰ ਸੀਪੇਜ ਹੋ ਰਹੀ ਹੈ ਅਤੇ ਬਹੁਤ ਹੀ ਜ਼ਿਆਦਾ ਆਈ ਵੁੱਡ ਸੇ ਕਿ ਹੋਰੀਬਲ ਕੰਡੀਸ਼ਨਸ ਹੋ ਰਹੀਆਂ ਨੇ ਪੂਰੇ ਪੰਜਾਬ 'ਚ ਪਾਣੀ ਨੀਚੇ ਜਾ ਰਿਹਾ ਅਤੇ ਆਪਾਂ ਲੋਕ ਉਹੀ ਪਾਣੀ ਪੀ ਰਹੇ ਹਾਂ ਅਤੇ ਸਾਨੂੰ ਉਹਦੇ ਲਈ ਵੀ ਬਿਲਕੁਲ ਕੁਛ ਨਾ ਕੁਛ ਕਰਨਾ ਚਾਹੀਦਾ। ਅਤੇ ਮੈਨੂੰ ਲੱਗਦਾ ਹੈ ਕਿ ਜੋ ਵਰਲਡ ਸਿੱਖ ਇਨਵਾਇਰਮੈਂਟ ਡੇ ਸ਼ੁਰੂਆਤ ਹੋ ਰਹੀ ਹੈ ਬਹੁਤ ਹੀ ਵਧੀਆ ਸ਼ੁਰੂਆਤ ਹੈ ਅਤੇ ਇਹਨੂੰ ਅੱਗੇ ਕੰਟੀਨਿਊ ਕਰਨਾ ਚਾਹੀਦਾ ਅਤੇ ਆਪਾਂ ਆਪਣੇ ਇਨਵਾਇਰਮੈਂਟ ਨੂੰ ਆਪ ਹੀ ਬਚਾ ਸਕਦੇ ਹਾਂ।